single grain of paddy. Crop of farmers has been sold in this grain market due to the strike of the jobbers, laborers and pastas in the Sikh grain market of Tarantaran town Shabhal. The jobbers have boycotted government purchases. The reason is that as per the instructions of the central government, the jobbers have been asked to give the details of farmers' bank accounts to the government. But no farmer wants his bank account details to be given to the government. Urgently, Zamindar, Taladar and Labour are all upset by the new government order. Due to this order of the government, there are demonstrating fury all over Punjab in a bypass and government purchases entirely. PS Pasi Pradhan Arthi Association Sol Thatti Jila Tarantaran. ਅੱਜ ਜਿਹੜਾ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਆ ਇਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਆੜ੍ਹਤੀ ਮਾਰੂ ਤੇ ਮਜ਼ਦੂਰ ਮਾਰੂ ਜਿਹੜੀਆਂ ਨੀਤੀਆਂ ਆ ਉਹਦੇ ਵਿਰੁੱਧ ਵਿੱਚ ਕੀਤਾ। ਆੜ੍ਹਤੀ ਤੇ ਜਿਹੜਾ ਕਿਸਾਨ ਦਾ ਨੌ ਮਾਸ ਦਾ ਰਿਸ਼ਤਾ, ਪੁਰਾਣੀ ਕਹਾਵਤ ਆ ਕਿ ਜੱਟ ਬਿਨਾਂ ਪੱਤ ਨਹੀਂ ਤੇ ਸ਼ਾਹ ਬਿਨਾਂ ਗੱਤ ਨਹੀਂ। ਪਰ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਜਿਸਨੇ ਅੱਗੇ ਵੀ ਜਲਦਬਾਜ਼ੀ ਦੇ ਵਿੱਚ ਨੋਟਬੰਦੀ ਵਰਗੇ ਫੈਸਲੇ ਲੈ ਕੇ ਸੈਂਕੜੇ ਲੋਕਾਂ ਦੀ ਜਾਨ ਲਈ ਆ ਤੇ GST ਵਰਗੇ ਫੈਸਲੇ ਜਬਰੀ ਲਾਗੂ ਕਰਕੇ ਤੇ ਲੋਕਾਂ ਦਾ ਰੁਜ਼ਗਾਰ ਜਿਹੜਾ ਬਹੁਤ ਪ੍ਰਭਾਵਿਤ ਕੀਤਾ ਤੇ ਹੁਣ ਇਹ ਜਲਦਬਾਜ਼ੀ ਦੇ ਵਿੱਚ ਇਹ ਫੈਸਲਾ ਲੈ ਰਹੀ ਆ ਕਿ ਜਿਹੜੀ ਅੱਗੇ ਕਿਸਾਨ ਤੇ ਆੜ੍ਹਤੀ ਦਾ ਬੜਾ ਵਧੀਆ ਚੱਲ ਰਿਹਾ ਆ ਭੁਗਤਾਨ ਦਾ ਵੀ, ਲੋੜਾਂ ਪੂਰੀਆਂ ਕਰਨ ਦਾ ਵੀ, ਤੇ ਹੁਣ ਇਹਨਾਂ ਨੇ ਖਾਤਿਆਂ ਦੀ ਮੰਗ ਕੀਤੀ ਆ ਕਿ ਕਿਸਾਨਾਂ ਦੇ ਖਾਤੇ ਜਿਹੜੇ ਪੋਰਟਲ 'ਤੇ ਚੜ੍ਹਾਏ ਜਾਣ ਕਿ ਜਿਹੜਾ ਉਹਦਾ ਡਾਇਰੈਕਟ ਭੁਗਤਾਨ ਕੀਤਾ ਜਾਏਗਾ। ਔਰ ਇਹ ਗੈਰ ਸੰਜੀਦਾ ਫੈਸਲਾ ਆ, ਇਹ ਕੋਈ ਸੰਜੀਦਗੀ ਨਾਲ ਲਿਆ ਗਿਆ ਫੈਸਲਾ ਨਹੀਂ, ਕਿਉਂਕਿ ਜਿਹੜਾ ਕਿਸਾਨ ਆ ਉਹ ਸਾਰਾ ਸਾਲ ਹੀ ਆੜ੍ਹਤੀ ਦੇ ਨਾਲ ਉਹਦਾ ਵਿਹਾਰ ਬੜਾ ਵਧੀਆ ਚੱਲਦਾ ਰਹਿੰਦਾ ਆ। ਕਿਸਾਨਾਂ ਦੀਆਂ ਜਿਹੜੀਆਂ ਬੁਨਿਆਦੀ ਜਿਹੜੀਆਂ ਲੋੜਾਂ ਆ ਇਹ ਉਹਦੇ ਤੋਂ ਜਾਣੂ ਨਹੀਂ ਗੀ ਸਰਕਾਰ ਅਤੇ ਜਿਹੜੇ ਬਿਊਰੋਕਰੇਟਸ ਆ ਵੱਡੇ ਫੈਸਲਾ ਲਾਗੂ ਕਰਨ ਵਾਲੇ, ਕਿ ਕਿਸਾਨ ਨੂੰ ਜੇ ਅੱਧੀ ਰਾਤ ਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਪੈਂਦੀ ਹੈ ਤਾਂ ਉਹ ਆਪਣੇ ਭਾਈਚਾਰੇ ਦੇ ਨਾਲ ਆਪਣੇ ਕਿਸਾਨ ਆੜ੍ਹਤੀ ਕੋਲ ਅਪਰੋਚ ਕਰਦਾ ਅਤੇ ਆਪਣੀ ਲੋੜ ਪੂਰੀ ਕਰਦਾ। ਮੈਂ ਜੀ ਬਲਵਿੰਦਰ ਸਿੰਘ ਆੜ੍ਹਤੀ ਸੋਲ ਮੰਡੀ ਤੋਂ ਹਾਂ ਜੀ। ਅਸੀਂ ਤਾਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਸਾਨੂੰ ਜਿਹੜੇ ਆੜ੍ਹਤੀਆਂ ਦਾ ਜਿਹੜਾ ਸਾਡਾ ਲੈਣ ਦੇਣ ਜਾਂ ਉੱਧਰ ਉੱਧਰ ਜ਼ਿਮੀਂਦਾਰਾਂ ਦੇ ਖਾਤੇ ਲੈਣ ਡਏ ਆ ਇਹ ਬੰਦ ਕੀਤੇ ਜਾਣ ਅਤੇ ਸਾਨੂੰ ਜਿਹੜਾ ਸਿੱਧਾ ਉਹਨਾਂ ਦੇ ਜ਼ਿਮੀਂਦਾਰਾਂ ਦੇ ਨਾਲ ਸਿੱਧਾ ਸਾਡਾ ਸੰਪਰਕ ਜਿਹੜਾ ਵਾ ਸਹੀ ਤਰੀਕੇ ਦੇ ਨਾਲ ਚੱਲਦਾ ਰਹੇ। ਅਸੀਂ 1 ਤਰੀਕ ਤੋਂ ਇਹ ਸਭ ਕੁਝ ਬੰਦ ਕੀਤਾ ਹੋਇਆ ਜੀ, ਸਾਡੀ ਮੰਡੀ ਬਿਲਕੁਲ ਖਾਲੀ ਆ, ਅਸੀਂ ਇੱਥੇ ਹੜਤਾਲ 'ਤੇ ਹਾਂ। ਜਿੰਨਾ ਤੱਕ ਸਰਕਾਰ ਸਾਨੂੰ ਕੋਈ ਮੁੱਢਲਾ ਕੋਈ ਫੈਸਲਾ ਨਹੀਂ ਦਿੰਦੀ ਉਹਨਾਂ ਚਿਰ ਤੱਕ ਅਸੀਂ ਇੱਥੇ ਹੜਤਾਲ ਰੱਖਾਂਗੇ, ਬਿਲਕੁਲ ਸਾਡੀ ਮੰਡੀ ਬੰਦ ਰਹੂਗੀ, ਸਰਕਾਰ ਦੇ ਵਿਰੁੱਧ ਅਸੀਂ ਬਿਲਕੁਲ ਨਾਅਰੇਬਾਜ਼ੀ ਕਰਦੇ ਰਹਾਂਗੇ ਜੀ। ਤਾਰੀ ਤਾਂ ਬਿਲਕੁਲ ਹੀ ਵਧੂਗੀ ਜੀ, ਜਦੋਂ ਜ਼ਿਮੀਂਦਾਰ ਦੇ ਫਸਲ ਜਿਹੜੀ ਆ ਉਹ ਸਰਕਾਰ ਨੇ ਆਪਣੇ ਖਾਤਿਆਂ 'ਚ ਪਾਉਣੀ ਆ, ਸਰਕਾਰ ਜ਼ਿਮੀਂਦਾਰਾਂ ਨੇ ਲਿਮਿਟਾਂ ਬਣਾਈਆਂ ਉਹਨਾਂ ਪੈਸੇ ਉੱਧਰ ਕੱਟ ਲੈਣੇ, ਜ਼ਿਮੀਂਦਾਰ ਵਿਚਾਰੇ ਨੂੰ ਕਿੱਥੋਂ ਮਿਲਣੇ ਆ, ਜ਼ਿਮੀਂਦਾਰ ਨੂੰ ਕੋਈ ਪੈਸਾ ਨਹੀਂ ਮਿਲਣਾ ਜੀ, ਹੈਗਾ ਆਧਾਰ ਕਾਰਡ ਲੱਗ ਜਾਣੇ ਆ ਨਾਲ ਨਾਲ ਉਹਨਾਂ ਲਿਮਿਟਾਂ 'ਚ ਪੈਸੇ ਪਾ ਦੇਣੇ ਆ, ਜ਼ਿਮੀਂਦਾਰ ਤਾਂ ਭੁੱਖਾ ਮਰਿਆ ਅੱਗੇ ਰੋਣ ਡਿਆ ਵਿਚਾਰਾ, ਅਤੇ ਲੇਬਰ ਜਿਹੜੀ ਆ ਲੇਬਰ ਵਿਚਾਰੀ ਕਿੱਥੇ ਜਾਊਗੀ, ਜਿਹੜਾ ਇੱਥੇ ਸਾਡੇ 2000 ਬੰਦਾ ਕੰਮ ਕਰ ਰਿਹਾ ਉਹ ਕਿੱਥੇ ਜਾਊਗਾ ਜੀ, ਲੇਬਰ ਦਾ ਬਿਲਕੁਲ ਮੰਦੀ ਹਾਲਤ ਹੋ ਜਾਣੀ ਆ, ਉਹ ਵਿਚਾਰੇ ਗਰੀਬ ਰੋਟੀ ਕਿੱਥੋਂ ਜਾ ਕੇ ਖਾਣਗੇ ਜੀ। ਪਿੰਡ ਸੋਹਲ ਤੋਂ ਜੀ ਰਸਾਲ ਸਿੰਘ ਜ਼ਿਮੀਂਦਾਰ ਬੋਲਦਾ ਜੀ। ਜਿਸ ਤਰ੍ਹਾਂ ਕਿ ਸਾਰੇ ਆਪਾਂ ਇਕੱਠ ਇਸੇ ਗੱਲ 'ਚ ਹੋਇਆ ਵੀ ਸਾਡੇ ਤੋਂ ਇਹ ਖਾਤੇ ਮੰਗ ਰਹੀ ਸਰਕਾਰ, ਅਸੀਂ ਖਾਤੇ ਦੇ ਕੇ ਖੁਸ਼ ਨਹੀਂ ਹੈਗੇ, ਸਾਡਾ ਵਾ 9 ਮਾਸ ਦਾ ਰਿਸ਼ਤਾ ਆੜ੍ਹਤੀ ਹਾਂ। ਮੰਨ ਲਓ ਜੀ ਸਾਨੂੰ ਰਾਤ ਬਰਾਤੇ ਲੋੜ ਪੈਂਦੀ ਕਿਸੇ ਗੱਲ ਦੀ, ਅਸੀਂ ਜਾ ਕੇ ਬੂਹਾ ਖੜਕਾਉਣੇ, ਸਾਨੂੰ ਇਹਨਾਂ ਤੋਂ ਕੁਛ ਨਾ ਕੁਛ ਹੱਲ ਹੁੰਦਾ, ਜੇ ਸਾਡੇ ਪੈਸੇ ਟੁੱਟ ਵੀ ਜਾਂਦੇ ਆ ਸਾਡਾ ਫਿਰ ਵੀ ਇਹਨਾਂ ਨਾਲ ਨਿੱਜੀ ਰਿਸ਼ਤਾ ਰਹਿੰਦਾ, ਅਸੀਂ ਕੋਈ ਨਾ ਕੋਈ ਨਾਲ ਮਿਲ ਗਿਲ ਕੇ ਆਪਣਾ ਟਾਈਮ ਸਾਰਦੇ ਰਹਿੰਦੇ ਹਾਂ। ਖਾਤੇ ਦੇਣ 'ਚ ਅਸੀਂ ਉਹ ਦੇ ਕਰਦੇ ਵੀ ਸਾਡੀਆਂ ਕੁੱਲ ਦੀਆਂ ਲਿਮਿਟਾਂ, ਜਦੋਂ ਅਸੀਂ ਖਾਤਾ ਦੇਤਾ ਨਾ ਸਾਡਾ ਪੈਸਾ ਟਕਾ ਉੱਥੇ ਕੱਟ ਲੈਣਾ, ਨਾ ਅਸੀਂ ਆੜ੍ਹਤੀ ਦੇ ਬੂਹੇ ਗੜੇ ਜਾਣ ਜੋਗੇ, ਨਾ ਅਸੀਂ ਮੋਦੀ ਸਰਕਾਰ ਨੂੰ ਕੁਛ ਕਹਿਣ ਜੋਗੇ। ਜਦੋਂ ਇਹ ਕਹਿ ਦਿੰਦੇ ਆ ਵੀ 2 ਮਹੀਨੇ ਪੈਸੇ ਨਹੀਂ ਆਉਂਦੇ, ਅਸੀਂ ਫਿਰ ਆੜ੍ਹਤੀਆਂ ਦਾ ਪੱਲਾ ਫੜ ਕੇ ਆਪਣਾ ਟਾਈਮ ਸਾਰਦੇ, ਸਾਨੂੰ ਇਹ ਜਿਤਨਾ ਮਰਜ਼ੀ ਸਾਰਾ ਸਾਰਾ ਗਹਿਣਾ ਪਾ ਕੇ ਗਹਿਣੇ ਆਪਦਾ ਆੜ੍ਹਤੀ ਆ, ਸਾਡਾ ਜ਼ਿਮੀਂਦਾਰ ਦਾ ਇੱਕ ਟਾਈਮ ਸਾਰਦਾ, ਅਤੇ ਅਸੀਂ ਇਸ ਗੱਲ ਦੇ ਹੱਕ 'ਚ ਆੜ੍ਹਤੀਆਂ ਦੇ ਨਾਲ ਆ, 9 ਮਾਸ ਦਾ ਸਾਡਾ ਰਿਸ਼ਤਾ ਵਾ, ਅਤੇ ਇਸ ਤਰ੍ਹਾਂ ਸਾਡਾ ਰਹੂ, ਇਸ ਤਰ੍ਹਾਂ ਲੇਬਰ ਕੰਮ ਕਰੇ, ਇਸ ਤਰ੍ਹਾਂ ਆੜ੍ਹਤੀ ਸਾਡੇ ਨਾਲ ਕਾਰੋਬਾਰ ਚੱਲੀ ਜਾਵੇ, ਬਹੁਤ ਵਧੀਆ ਚੱਲਣ ਡਿਆ, ਬਾਕੀ ਖਾਤੇ ਦੇਣ 'ਚ ਅਸੀਂ ਖੁਸ਼। ਜ਼ਿਮੀਂਦਾਰ ਸਾਰਾ ਮਰਿਆ ਪਿਆ, ਅੱਗੇ ਆਪਣਾ ਲੇਬਰ ਮਰੀ ਪਈ ਆ, ਅਤੇ ਜੇ ਇਹ ਗੱਲ ਹੋਰ ਬਣ ਗਈ ਤਾਂ ਅਸੀਂ ਤਾਂ ਸੜਕਾਂ 'ਤੇ ਬਹਿਣ ਵਾਲਾ ਧਰਨਾ ਲਾਵਾਂਗੇ ਜੀ, ਇਦੋਂ ਵੀ ਜ਼ਬਰਦਸਤ, ਇਦੋਂ ਵੱਧ ਤੋਂ ਵੱਧ ਵਿਰੋਧ ਕਰਾਂਗੇ ਸਰਕਾਰ ਦਾ।